जी रजिस्ट्रेशन राती 12 बजे तक, 12 बजे तो 1 मिनट पहले तक अही लोका दी एंट्रियां कर रहे सी। और एक एंट्री जेड़ी आई है बच्चे ने मैनू दस्या, मैं तो खैर पहले सो गया ही, और सलीम साहब का बेटा एंट्रियां करता पिया ही, उन्हें दस्या 12:01 से 1 मिनट पहले जेड़ी एंट्री आई सी वह अही एंट्री करन लगे तो 12:01 से बंद हो गया, सिस्टम बंद हो गया। हुण कोई एंट्री नहीं हो रही, हुण ग्रीन ट्रैक्टर दिया एंट्रियां बंद हो गई है। हुण कोई बंदा टेलीफोन करके ओ अपना भी टाइम जाया करेगा तो साडा भी जाया करेगा। हुण आ स्कीम दोबारा जिनों आएगी फिर दोबारा एंट्रियां आन गया, हजे फिलहाल जिन्नियां एंट्रियां होनिया सी इस ग्रीन स्कीम च वो मुकम्मल हो गई है, हुण दोबारा कोई एंट्री नहीं होनी। मेरे इलम च कुछ नहीं, मेरे इलम च जिथों तक पता लगा सी को 10-15 लाख तो हो ही गया होएगा ट्रैक्टर, 10-15 लाख ट्रैक्टर एंटर हो गया। 10 लाख तो बड़ी देर पहले सी, मेरा ख्याल 2-3 दिन पहले सी, ते आ हुण 15 तो भी उत्ते चला गया होना, बाकी मेरे इलम च एग्जैक्ट फिगर नहीं है। असी जिन्नियां एंट्रियां करनियां सी उही रात 12 बजे तक करते रहे हैं और हुण राती बंद हो गई है। ਭਾਈ ਜਿਹੜੀ ATS ਦੀ ਐਂਟਰੀ ਆ ਕੀਤੀ ਆ ਮਾਸ਼ਾਅੱਲਾ ਕੋਈ ਮੇਰਾ ਖਿਆਲ ਹੈ 550 ATS ਟਰੈਕਟਰ ਹੀ ਐਂਟਰ ਕੀਤਾ ਜਿਹੜੇ ਪੂਰੇ ਪੰਜਾਬ ਦੇ ਵਿੱਚ, ਯਾਨੀ ਕਿ 550 ਬੰਦਾ ATS ਖਰੀਦਣ ਦਾ ਤਲਬਗਾਰ ਹੈਗਾ ਜਿਹੜਾ ਮੇਰੇ ਕੋਲ ਹੈ, ਜਿਹੜਾ ਮੇਰੇ ਕੋਲ ਹੈ, ਜਿਹੜਾ ਦੂਸਰੇ ਡੀਲਰਾਂ ਨੇ ਕੀਤਾ ਜਾਂ ਜਿਨ੍ਹਾਂ ਨੇ ਖੁਦ ਜਾ ਕੇ ਪੋਰਟਲ 'ਤੇ ਕੀਤਾ ਉਹ ਮੇਰੇ ਇਲਮ 'ਚ ਨਹੀਂ ਹੈ। ਜਿਨ੍ਹਾਂ ਨੇ ਜਿਵੇਂ ਹੁਣ ਜ਼ਿਲ੍ਹਾ ਲਾਹੌਰ ਵੀ ਸਾਡੇ ਕੋਲ ਹੈ, ਜ਼ਿਲ੍ਹਾ ਕਸੂਰ ਵੀ ਸਾਡੇ ਕੋਲ ਹੈ, ਜਿਨ੍ਹਾਂ ਲੋਕਾਂ ਨੇ ਖੁਦ ਪੋਰਟਲ 'ਤੇ ਕੀਤਾ ਉਹ ਮੇਰੇ ਇਲਮ 'ਚ ਨਹੀਂ ਹੈ। ਜਿਨ੍ਹਾਂ ਨੇ ਮੈਨੂੰ ਆਖਿਆ ਕਿ ਨਦੀਮ ਸਾਹਿਬ ਆਹ ਸਾਡੀ ਐਂਟਰੀਆਂ ਕਰਨੀਆਂ, ਆਹ ਸਾਡੇ ਸਾਡਾ ਕਰਮ ਨਿਜ਼ਾਮ ਹੈ, ਆਹ ਸਾਡਾ ਸ਼ਨਾਖਤੀ ਕਾਰਡ ਹੈ, ਜਾਂ ਸਾਡੀ ਥੋੜ੍ਹੀ ਜਿਹੀ ਹੈਲਪ ਕਰੋ, ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿਸ ਤਰ੍ਹਾਂ ਕਰੀਏ। ਹਾਲਾਂਕਿ ਤਰੀਕਾਕਾਰ ਤਾਂ ਬੜਾ ਆਸਾਨ ਸੀ, ਲੇਕਿਨ ਫਿਰ ਵੀ ਕਈ ਲੋਕ ਸਾਡੇ ਜ਼ਿਮੀਂਦਾਰ ਸਿੱਧੇ ਬਿਲਕੁਲ ਸਿੱਧੇ ਸਾਦੇ ਭਰਾ ਹੈ, ਉਹਨਾਂ ਨੂੰ ਨਹੀਂ ਸਮਝ ਆਉਂਦੀ। ਤੋ ਫਿਰ ਅਸੀਂ ਜਿਨ੍ਹਾਂ ਦੀ ਐਂਟਰੀਆਂ ਕਰਾਈਆਂ ਪੋਰਟਲ ਦੇ ਉੱਤੇ, ਪੋਰਟਲ 'ਤੇ ਹੀ ਕਰਨੀਆਂ ਸੀ, ਪੋਰਟਲ 'ਤੇ ਜਿਨ੍ਹਾਂ ਦੀ ਕਰਵਾਈਆਂ ਸਿਸਟਮ 'ਤੇ ਬੈਠ ਕੇ, ਅਤੇ ਉਹ ਤਕਰੀਬਨ ਕੁਛ 550। ਹੁਣ ਕੁਰਾ ਅੰਦਾਜ਼ੀ ਪਤਾ ਨਹੀਂ, ਮੇਰਾ ਖਿਆਲ ਹੈ ਕਿ 10 ਦਿਨਾਂ ਨੂੰ ਹੁੰਦੀ ਹੈ, 20 ਦਿਨਾਂ ਨੂੰ ਹੁੰਦੀ ਹੈ, ਉਹ ਤਾਂ ਉਹ 20 ਤਰੀਕ ਨੂੰ ਤਾਂ ਅੱਲਾ ਕਰੇ 20 ਨੂੰ ਹੀ ਹੋ ਜਾਵੇ, ਜਲਦੀ ਜਾਨ ਛੁੱਟ ਜਾਵੇ ਲੋਕਾਂ ਦੀ। ਆਹ ਦਿਲ ਦੇ ਉੱਤੇ ਬੇਸ਼ੁਮਾਰ ਲੋਕ ਹੱਥ ਰੱਖ ਕੇ ਬੈਠੇ ਹੋਣਗੇ, ਟਰੈਕਟਰ ਹਰ ਬੰਦੇ ਦੀ ਦਿਲ ਦੀ ਖੁਆਇਸ਼ ਹੈ ਕਿ ਯਾਰ 10 ਲੱਖ ਸਸਤਾ ਮੇਰਾ ਹੀ ਨਿਕਲੇ। ਉਹ ਉਹਨਾਂ ਦੇ ਟੈਲੀਫੋਨ 'ਤੇ ਮੈਸੇਜ ਆਏਗਾ, ਟੈਲੀਫੋਨ 'ਤੇ ਮੈਸੇਜ ਆ ਜਾਏਗਾ, ਅਤੇ ਕੰਪਨੀਆਂ ਨੂੰ ਲਿਸਟ ਆ ਜਾਏਗੀ ਕਿ ਇੰਨਾ ਇੰਨਾ ਬੰਦਿਆਂ 'ਤੇ ਇੰਨੇ ਇੰਨੇ ਨਿਕਲ ਆਏ। ਹਾਂ ਜੀ, ਜੀ ਅਗਰ ਕਿਸੇ ਬੰਦੇ ਦਾ ਕੋਈ ਮੈਸੇਜ ਆਉਂਦਾ ਹੈ, ਕੋਈ ਬੰਦਾ ਆਉਂਦਾ ਉਹ ਕਹਿੰਦਾ ਮੇਰੇ ਅਕਾਊਂਟ 'ਚ ਪੈਸੇ ਭੇਜ ਦਿਓ ਜਾਂ ਆਹ ਭੇਜ ਦਿਓ, ਕੱਤਨ ਕਿਸੇ ਨੂੰ ਪੈਸੇ ਨਹੀਂ ਭੇਜਣੇ, ਇਹ 'ਚ ਫਰਾਡ ਹੋਣ ਦੇ 100% ਚਾਂਸ ਹੈ, ਫਰਾਡ ਹੋਣ ਦੇ 100% ਚਾਂਸ ਹੈ, ਬਿਲਕੁਲ ਨਹੀਂ। ਜਿਹੜੇ ਪੈਸੇ 26 ਲੱਖ, ਹੁਣ ਜਿਵੇਂ ਸਾਡਾ ਟਰੈਕਟਰ ਹੈ 36 ਲੱਖ ਹੈ, 36 ਲੱਖ 38 ਹਜ਼ਾਰ ਦਾ, ਅਤੇ 26 ਲੱਖ 38 ਹਜ਼ਾਰ ਰੁਪਈਆ ਬੈਂਕ 'ਚ ਜਮ੍ਹਾਂ ਹੋਏਗਾ, ਪੰਜਾਬ ਬੈਂਕ 'ਚ, ਉਹ ਬੈਂਕ 'ਚ ਜਾ ਕੇ ਤੁਸੀਂ ਖੁਦ ਹਕੂਮਤ ਦੇ ਨਾਮ ਜਮ੍ਹਾਂ ਕਰਾਓਗੇ। ਅਗਰ ਕੋਈ ਬੰਦਾ ਕਹੇ ਮੈਨੂੰ ਪੈਸੇ ਦੇ ਦਿਓ, ਕੋਈ ਡੀਲਰ ਵੀ ਕਹੇ ਮੈਨੂੰ ਪੈਸੇ ਦੇ ਦਿਓ ਮੈਂ ਜਮ੍ਹਾਂ ਕਰਾ ਦਾਂਗਾ, ਬਿਲਕੁਲ ਕੋਈ ਬੰਦਾ ਕਿਸੇ ਨੂੰ ਪੈਸੇ ਨਾ ਫੜਾਏ। ਉਹ ਮੈਸੇਜ ਜਿਹੜਾ ਉਸੇ ਤੋਂ ਹੀ ਆਏਗਾ ਨਾ, ਜਿਹੜੇ ਤੋਂ ਉਹਨਾਂ ਨੂੰ ਮੈਸੇਜ ਆਇਆ ਕਿ ਤੁਹਾਡਾ ਤੁਹਾਡਾ ਕੁਰਾਨਦਾਜ਼ੀ ਤੁਹਾਡਾ ਨਾਮ ਦਾਖਲ ਕਰ ਦਿੱਤਾ ਗਿਆ। ਕੋਈ ਲੋਕਲ ਨੰਬਰ ਤੋਂ ਆਏ ਕਿ ਤੁਸੀਂ ਇਸ ਅਕਾਊਂਟ 'ਚ ਪੈਸੇ ਭੇਜੋ, ਇਸ ਅਕਾਊਂਟ 'ਚ ਭੇਜੋ, ਕਤੀ ਤੌਰ 'ਤੇ ਐਸੇ ਕਿਸੇ ਫਰਾਡੀਏ ਦੇ ਚੱਕਰ 'ਚ ਨਹੀਂ ਪੈਣਾ। ਔਰ ਉਹਦੇ ਵਿੱਚ ਜਿਹੜੇ ਵੀ ਪੈਸੇ ਤੁਸੀਂ ਜਮ੍ਹਾਂ ਕਰਾਓਗੇ ਉਹ ਤੁਸੀਂ ਬੈਂਕ 'ਤੇ ਕਰਵਾਉਣੇ ਆ, ਉਹ ਮਹਿਕਮੇ ਦਾ ਮੈਸੇਜ ਆਏਗਾ ਤੁਹਾਡੇ ਟੈਲੀਫੋਨ 'ਤੇ, ਉਹ 'ਤੇ ਹੀ ਫਿਰ ਹੋਏਗਾ ਜੋ ਵੀ ਸਿਸਟਮ ਹੋਏਗਾ ਉਹ। ਅਸੀਂ ਕਿਸਾਨਾਂ ਨੂੰ ਇਨਸ਼ਾਅੱਲਾ ਉਹਦੇ ਬਾਰੇ 'ਚ ਇਨਫੋਰਮੇਸ਼ਨ ਦੇ ਦੇਵਾਂਗੇ। ਫਿਲਹਾਲ ਅਜੇ ਮੈਸੇਜ ਆਏਗਾ
हजे पैसे पूसे किसी ने नहीं जमा कराने, और जो मैसेज आएंगे 30 दिन का टाइम होएगा और उत्ते असी दोबारा वीडियो ब्लॉग बनाएंगे कि किस तरह करना है ताकि कोई बंदा किसी फ्रॉडिए दे हथे ना चढ़ जाए। जिमीदारा का पैसा अगे ही बड़ा मुश्किल कमाया जाता है, जिमीदार तो ऐर की अगे ही पिस गए है, तो इस करके उन्होंने इस चीज़ तो बचाना। जो भी होएगा दोस्तों मरहला बाद।